ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਵ ਇੰਡੀਆ ਨਿਊਜ਼। ਮੈਂ ਗੋਬਿੰਦ ਸੈਣੀ। ਅੱਜ ਬਠਿੰਡਾ ਪੁਲਿਸ ਦੇ ਤਰਫੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਉੱਤੇ ਚੈਕਿੰਗ ਕੀਤੀ ਜਾ ਰਹੀ ਹੈਗੀ ਹੈ। ਸਾਡੇ ਕੋਲ ਇਸ ਵਕਤ DSP ਸਿਟੀ 1 ਮੌਜੂਦ ਹੋਣਾ, ਗੱਲਬਾਤ ਕਰਦੇ ਹਾਂ। ਸਰ, ਕੀ ਕਹਿਣਾ ਚਾਹੋਗੇ, ਸਰਚ ਬੈਨ ਤੁਸੀਂ ਚਲਾਇਆ ਖਾਸ ਤੌਰ 'ਤੇ ਰੇਲਵੇ ਸਟੇਸ਼ਨ ਦੇ ਉੱਤੇ, ਕਿਹਦੇ ਤਹਿਤ ਤੁਸੀਂ ਸਰਚ ਬੈਨ ਚਲਾਇਆ ਹੈਗਾ ਅਤੇ ਤੁਸੀਂ ਕਾਹਦੀ ਹੈਗੀ ਹੈ ਚੈਕਿੰਗ ਕਰ ਰਹੇ ਹੋ? ਇਹ ਅਸੀਂ ਅੱਜ ਰੇਲਵੇ ਸਟੇਸ਼ਨ ਔਰ ਬੱਸ ਅੱਡੇ ਦੇ ਉੱਤੇ ਦੋਨਾਂ ਸਥਾਨਾਂ 'ਤੇ ਚੈਕਿੰਗ ਕਰ ਰਹੇ ਹਾਂ, ਔਰ ਇਹਦੇ ਵਿੱਚ ਆਪਰੇਸ਼ਨ 3 ਜੋ ਚੱਲ ਰਿਹਾ ਉਹਦੇ ਅੰਡਰ ਅਸੀਂ ਇਹ ਦੋਨੋਂ ਜਗ੍ਹਾ ਜਿਹੜੀ ਇਹਨਾਂ ਦੀ ਚੈਕਿੰਗ ਚੱਲ ਰਹੀ ਹੈ। ਚੈਕਿੰਗ ਚੱਲ ਰਹੀ ਹੈਗੀ, ਕਿੰਨੇ ਆਪਣੇ ਮੁਲਾਜ਼ਮ 'ਚ ਸ਼ਾਮਿਲ ਹੈਗੇ ਕਿ ਰੇਲਵੇ ਪੁਲਿਸ, GRP ਪੁਲਿਸ, ਔਰ ਕਿੰਨੇ SHO ਤੁਹਾਡੀ ਟੀਮ ਦੇ ਵਿੱਚ ਸ਼ਾਮਿਲ ਤੁਸੀਂ ਚੈਕਿੰਗ ਕਰ ਰਹੇ ਹੋ? ਇਹਦੇ ਵਿੱਚ ਸਾਡੇ ਸਬ ਡਿਵੀਜ਼ਨ ਸਿਟੀ 1 ਦੀਆਂ ਟੀਮਾਂ ਲੱਗੀਆਂ ਹੋਈਆਂ, ਥਾਣਾ ਕੋਤਵਾਲੀ ਔਰ ਕਨਾਲ ਕਲੋਨੀ ਦੀ ਫੋਰਸ ਲੱਗੀ ਹੋਈ ਆ। ਇਸ ਤੋਂ ਇਲਾਵਾ ਜੋ ਸਾਡੀਆਂ ਚੌਂਕੀਆਂ ਉੱਥੋਂ ਦੀ ਫੋਰਸ ਵੀ ਬੁਲਾਈ ਹੋਈ ਆ। ਅੱਛਾ, ਕੋਈ ਆਪਣਾ ਡੌਗ ਸਕੋਟ ਵੀ, ਬੰਬ ਸਕੋਟ ਵੀ ਟੀਮ ਵੀ ਹੈਗੀ ਆ? ਹਾਂ, ਐਂਟੀ ਸਾਬੋਟੇਜ ਔਰ ਡੌਗ ਸਕੋਟ ਨਾਲ ਲੱਗਿਆ ਹੋਇਆ। ਇਸ ਤੋਂ ਇਲਾਵਾ ਅਸੀਂ ਰੇਲਵੇ ਪੁਲਿਸ ਵੀ ਨਾਲ ਲਾਈ ਹੋਈ ਆ। ਸਰ, ਇਹ ਜਿਹੜਾ ਤੁਸੀਂ ਬਠਿੰਡਾ ਰੇਲਵੇ ਸਟੇਸ਼ਨ ਦੇ ਤੁਸੀਂ ਚੈਕਿੰਗ ਕਰ ਰਹੇ ਹੈਗੇ ਹੋ, ਕੀ ਤੁਸੀਂ ਸ਼ੱਕੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਹਰੇਕ ਉਹਨਾਂ ਦਾ ਸਮਾਨ ਚੈੱਕ ਕੀਤਾ ਜਾ ਰਿਹਾ, ਕੀ ਕੀਤਾ ਜਾ ਰਿਹਾ? ਇਹਦੇ ਵਿੱਚ ਜੋ ਵੀ ਸ਼ੱਕੀ ਆਦਮੀ ਮਿਲਦਾ ਉਸਦੀ ਵੀ ਚੈਕਿੰਗ ਕਰ ਰਹੇ ਹਾਂ, ਔਰ ਬਾਕੀ ਸਮਾਨ ਦੀ ਵੀ ਚੈਕਿੰਗ ਕਰ ਰਹੇ ਹਾਂ ਤਾਂ ਕਿ ਕੋਈ ਸ਼ੱਕੀ ਵਿਅਕਤੀ ਹੈ ਜੋ ਉਹ ਸਾਡੀ ਨਿਗਾਹ ਤੋਂ ਬਚ ਨਾ ਸਕੇ। ਸਰ, ਮੋਟਿਵ ਕੀ ਹੈ ਜੀ, ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈਗਾ, ਇਹਦਾ ਮੋਟਿਵ ਕੀ ਹੈਗਾ, ਕਿਉਂ ਜਿਹੜੇ ਹੈਗੇ ਆ ਇੱਕਦਮ ਜਿਹੜੀ ਹੈਗੀ ਆ ਰੇਲਵੇ ਸਟੇਸ਼ਨ ਦੀ ਜਿਹੜੀ ਹੈਗੀ ਆ ਚੈਕਿੰਗ ਕੀਤੀ ਗਈ? ਇਹ ਅੱਗੇ ਵੀ ਰੂਟੀਨ ਦੇ ਵਿੱਚ ਚੈਕਿੰਗ ਕਰਦੇ ਰਹਿੰਦੇ ਤਾਂ ਕਿ ਇਹਦੇ ਵਿੱਚ ਕੋਈ ਸ਼ੱਕੀ ਵਿਅਕਤੀ ਹੈ ਜਿਹੜਾ ਉਹਦੇ ਵਿੱਚ ਨਿਗਾਹ ਰੱਖੀ ਜਾ ਸਕੇ, ਕੋਈ ਗਲਤ ਕੰਮ ਨਾ ਹੋ ਸਕੇ। ਅੱਛਾ, ਜੇ ਕੋਈ ਸ਼ੱਕੀ ਵਿਅਕਤੀ ਤੁਹਾਨੂੰ ਮਿਲਦਾ ਹੈਗਾ ਉਹਨੂੰ ਰਾਊਂਡ ਅਪ ਵੀ ਕੀਤਾ ਜਾਵੇਗਾ? ਹਾਂ, ਜੇ ਕੋਈ ਸ਼ੱਕੀ ਵਿਅਕਤੀ ਮਿਲਿਆ ਉਹਨੂੰ ਰਾਊਂਡ ਅਪ ਕਰਾਂਗੇ, ਕੋਈ ਸ਼ੱਕੀ ਵਸਤੂ ਮਿਲੀ ਤਾਂ ਉਹਨੂੰ ਵੀ ਅਸੀਂ ਕਬਜ਼ੇ ਵਿੱਚ ਲਵਾਂਗੇ। ਇਸੀ ਸਾਲਾਂ DSP ਸਿਟੀ ਤੇ ਇਹਨਾਂ ਨੇ ਸਾਫ਼ ਇਹ ਗੱਲ ਕਹੀ ਹੈ, ਪੰਜਾਬ ਦੇ ਜ਼ਿਲ੍ਹੇ ਵਿੱਚ ਵੱਖ ਵੱਖ ਜਗ੍ਹਾ ਤੇ ਅੱਜ ਜਿਹੜੇ ਕਿ ਇਸ ਤਰ੍ਹਾਂ ਹੀ ਸਰਚ ਅਭਿਆਨ ਚੱਲ ਰਿਹਾ ਹੈਗਾ, ਤੇ ਬਠਿੰਡਾ ਦੇ ਵਿੱਚ ਵੀ ਰੇਲਵੇ ਸਟੇਸ਼ਨ ਦੇ ਉੱਤੇ ਸਰਚ ਅਭਿਆਨ ਚਲਾਇਆ ਗਿਆ, ਜਿਹਦੇ ਵਿੱਚ ਕਿ ਪੰਜਾਬ ਪੁਲਿਸ, GRP ਪੁਲਿਸ, RPI ਪੁਲਿਸ ਤੇ ਡੌਗ ਸਕੋਡ ਦੀ ਟੀਮਾਂ ਜਿਹੜੀਆਂ ਹੈਗੀਆਂ ਨਾਲ ਸੀ, ਤੇ ਨਾਲ ਜਿੰਨੇ ਵੀ ਸ਼ੱਕੀ ਵਿਅਕਤੀ ਜਿਹੜਾ ਕੋਈ ਇਹਨਾਂ ਨੂੰ ਮਿਲਦਾ ਪੁਲਿਸ ਨੂੰ ਉਹਨੂੰ ਹਿਰਾਸਤ ਦਿੱਤਾ ਜਾਵੇ, ਤੇ ਸ਼ੱਕੀ ਸਮਾਨ ਹੈਗਾ ਉਹਨੂੰ ਵੀ ਹਿਰਾਸਤ ਦਿੱਤਾ ਜਾਵੇਗਾ। ਅੱਗੇ ਵੀ ਪੰਜਾਬ ਵਿੱਚ ਇਸ ਤਰ੍ਹਾਂ ਜਿਹੜੀ ਹੈਗੀ ਹੈ ਸਰਚ ਅਭਿਆਨ ਚੱਲਦਾ ਰਹੇਗਾ। ਬਠਿੰਡਾ ਤੋਂ ਗੋਬਿੰਦ ਸੈਣੀ, ਲਿਮਟੇਡ ਨਿਊਜ਼, ਪੰਜਾਬ।